بسم اللہ الرحمن الرحیم، بے عظمت بسم اللہ الرحمن الرحیم، بے حق بسم اللہ الرحمن الرحیم، لی خمسۃ بے حق مظلوم، مالک جناب سیدہ دست کا حاضرین دے بچن دی زندگی دراز، بانی مجلس نو حیاتی والا وارث عطا فرما، سید فضل علی شاہ صاحب مرحوم، سید مومن علی شاہ مرحوم، زوجہ سید مومن علی شاہ دے درجات مزید بلند فرما، سایہ معصومین علیہم السلام نصیب فرما، حاضرین دے میں حقیر سمیت مرحومین دے اللہ درجات مزید بلند فرما، سیرت معصومین علیہم السلام تے ملا اللہ چلن دی توفیق عطا فرما، نماز پنجگانہ ادا کرن دی مالک توفیق عطا فرما، علی ولی اللہ پڑھن والے عزاداراں دا تحفظ فرما، حجت خدا امام برحق دا اللہ جلد ظہور فرما، اللہم پڑھو صلوات بلند آواز، جنہاں مرحومین واسطے مجلس کرائی جا رہی ہے انہاں دے درجات دی بلندی واسطے باواز بلند صلوات، لا حول ولا قوة الا بالله العلی العظیم، بسم اللہ الرحمن الرحیم، الحمدللہ رب العالمین والعاقبۃ للمتقین والجنۃ والسلام علی رسول الکریم بالقاسم محمد، اما بعد، قال اللہ تعالی فی کتابہ المجید و فرقان الحمید، بسم اللہ الرحمن الرحیم، کل نفس ذائقۃ الموت، صلوات، ایسی صلوات پڑھو اللہ سین دست کا گناہ معاف فرما، اللہ میرے واجب الاحترام، ایک بیٹے نے اپنے خاندان دے تمام مرحومین اور خصوصاً اپنے والد دے درجات دی بلندی واسطے مجلس پاک کرائی جا رہی، بندہ وارث منگدے اسے دے واسطے کہ مالک مینو قبر دا وارث دے، موت جو حق ہے پچھو کو یاد کرن والا ہوئے، سمجھ آتی پی عرض دی، یعنی کہ یاد کرن والا کوئی ہوئے،
ਕੋਈ ਤਸਕਰਾ ਕਰੇ, ਕੋਈ ਜ਼ਿਕਰ ਕਰੇ, ਬੰਦਾ ਬਛੜੇ ਤਾਂ ਹੀ ਮੰਗਦਾ ਜੋ ਮੇਰਾ ਅੱਲਾ ਮੈਨੂੰ ਕਬਰ ਦਾ ਵਾਰਿਸ ਅਤਾ ਕਰ। ਸਿਰ ਨਹੀਂ ਹਿਲਾਉਣਾ, ਜ਼ਬਾਨ ਹਿਲਾ ਕੇ ਮੇਰੇ ਹਰ ਜੁਮਲੇ ਦੀ ਤਾਈਦ ਫਰਮਾਉਣੀ। ਯਾਨੀ ਕਿ ਬੰਦਾ ਔਲਾਦ ਅੱਜ ਵਾਲੇ ਨੀਂਹ ਵਾਸਤੇ ਮੰਗਦਾ, ਪੁੱਤਰ ਔਲਾਦ ਕਬਰ ਦਾ ਵਾਰਿਸ, ਇਸ ਵਾਸਤੇ ਬੰਦਾ ਅੱਲਾ ਕੋਲ ਮੰਗਦਾ। ਮੌਤ ਜੋ ਹੱਕ ਹੈ, ਅਗਰ ਮੈਂ ਮਰ ਹੀ ਵੰਜਾਂ ਤਾਂ ਪਿੱਛੋਂ ਕੋਈ ਐਸਾ ਹੋਵੇ ਜਿਹੜਾ ਯਾਦ ਰੱਖੇ। ਮੌਤ ਹੱਕ ਹੈ, ਹਰ ਕੈ ਮਰ ਵੰਜਣਾ। ਮੌਤ ਅਮਵਾਤ ਇਹ ਉਰਫੇ ਆਮ ਦਾ ਲਫਜ਼ ਹੈ। ਅਗਰ ਇਸਦੀ ਗਹਿਰਾਈ 'ਚ ਜਾਓ ਤਾਂ ਜੈ ਅਲੀ ਕੋ ਦਿਲ ਨੂੰ ਮੰਨੇ ਉਹ ਮਰਦਾ ਨਹੀਂ। ਜੈ ਅਮੀਰ ਮੁਮਿਨੀਨ ਅਲੈਹ ਸਲਾਮ ਕੋ ਸ਼ੀਆ ਮਿਆਣੀ ਵਾਲੇ ਉਹ ਦਿਲ ਨੂੰ ਤਸਲੀਮ ਕੀਤਾ, ਉਹ ਹਯਾਤੀ ਉਹ ਵੀ ਮਰਦਾ, ਸਿਰ ਨਹੀਂ ਹਿਲਾਉਣਾ, ਬੋਲ ਕੇ ਆਖੋ, ਉਹ ਮਰਦਾ ਨਹੀਂ। ਅਗਰ ਅਲੀਯੁਨ ਵਲੀਉੱਲਾਹ ਪੜਨ ਵਾਲਾ ਮਰ ਵਜੇ ਆ ਤਲਕੀਨ ਨਾ ਹੋਵੇ ਆ। ਇਹ ਜਿਹਦੇ ਸ਼ਾਨੇ ਮੋਢੇ ਹਲਾ ਹਲਾ ਕੇ ਪਿਆ ਦੇ ਫੁਲਾਂ ਪੁੱਤਰ ਫੁਲਾਂ ਦਾ ਸੋਹਣਾ ਅਤੇ ਵੱਤ ਸਮੇਂ, ਇਹ ਜਿਹੜਾ ਸੁਣਦਾ ਅਤੇ ਸਮਝਦਾ ਪੀ ਹੈ ਮੋਇਆ ਕਿਵੇਂ ਪੀ। ਉਹ ਫੁਲਾਂ ਪੁੱਤਰ ਫੁਲਾਂ ਦਾ ਸੋਹਣਾ ਅਤੇ ਵੱਤ ਸਮੇਂ, ਇਹ ਜਿਹੜਾ ਸੁਣਦੇ ਪੀ ਹੈ ਅਤੇ ਵੱਤ ਸਮਝਦਾ ਹੀ ਪੀ ਹੈ, ਮੈਂ ਕੁ ਸਮਝੋ ਮੋਇਆ ਕਿਵੇਂ ਪੀ। ਜਿਹਨਾਂ ਸਿਰ ਹਲਾਏ ਪੁੱਛ ਸਕਦਾ ਕਿਉਂ। ਦੇਖੋ ਨਾ ਬਈ, ਜਿਹੜਾ ਸੁਣਦਾ ਪੀ ਵੱਤ ਸਮਝਦਾ ਪੀ। ਪੀਰ ਖਿਦਰ ਸ਼ਾਹ ਬਤੂਲ ਦੀ ਕਸਮ ਹੈ, ਦੁੱਖ ਲੱਗ ਸੀ ਜੇ ਹੁਣ ਸਿਰ ਹਲਾਇਆ ਤਕਲੀਫ ਹੋ ਸੀ, ਜਿਹੜਾ ਪੂਰੀ ਜ਼ਿੰਦਗੀ ਉਰਦੂ ਨਾ ਹੀ ਬੋਲ ਸਕਦਾ, ਮੁਲਾਕਾਤ ਅਲੀ ਤੋਂ ਬਾਅਦ ਅਰਬੀ ਸਮਝਦਾ। ਉਹ ਫੁਲਾਂ ਪੁੱਤਰ ਫੁਲਾਂ ਦਾ ਸੋਹਣਾ ਤੇ ਵੱਤ। ਛੇਵਾਂ ਇਮਾਮ ਪਿਆ ਫਰਮਾਉਂਦੇ, ਰੋਜ਼ਾਨਾ ਕਬਰਿਸਤਾਨ ਵੰਜੋ ਤੁਹਾਡੇ ਆਪਣੇ ਸੁੱਤੇ ਪੈਣ, ਮਾਂ ਕੋ ਮਿਲਾ, ਪਿਓ ਕੋ ਵੀ ਮਿਲਾ, ਭੈਣਾ ਬਿਰਾ ਰਿਸ਼ਤੇਦਾਰ ਨਾਨਕੇ ਨਾਨਕੇ ਸੁੱਤੇ ਜੋ ਪੈਣ ਸੋਹਣੇ ਸੋਹਣੇ ਘਰਾਂ ਦੇ ਵਿੱਚ, ਉਹਨਾਂ ਕੋ ਮਿਲਾ। ਸਮਝ ਆਉਂਦੀ ਪਈ ਗੁਜ਼ਾਰਿਸ਼? ਉਹਨਾਂ ਨੂੰ ਵੰਜ ਕੇ ਮਿਲਾ, ਖੁਸ਼ ਥੀ ਸਨ ਇਮਾਮ ਪਿਆ ਦੇ, ਖੁਸ਼ ਥੀ ਸਨ। ਮੈਂ ਤਾਂ ਤੁਹਾਨੂੰ ਹੁਕਮੇ ਇਮਾਮ ਸੁਣਵੈਂਦਾ ਬੈਠਾ, ਆਦਾ ਇਮਾਮ ਪੀਏ, ਮਾਂ ਕਬਰ ਹੀ ਸੁੱਤੀ ਪਈ ਹੈ, ਮੇਰੇ ਵੈਸੇ ਦੁਆ ਕਰੇ ਸੀ, ਖੁਸ਼ ਥੀ ਸੀ। ਪਿਓ ਕਬਰ ਹੀ ਸੁੱਤਾ ਪੀਏ, ਜਿਹੜੇ ਸਲਾਮ ਵੰਜ ਕਰੇ ਸੇ, ਕਿਸ ਤਰੀਕੇ ਨਾਲ, ਇੱਕ ਦਫ਼ਾ ਅਲਹਮ ਚੱਪੜ ਸੇ, ਤਰੇ ਦਫ਼ਾ ਕੁੱਲ ਪਾਕ ਚੱਪੜ ਸੇ, ਅਵਲ ਓ ਆਖਿਰ ਦਰੂਦ। ਮੇਰੇ ਇਮਾਮ ਪਿਆ ਫਰਮਾਉਂਦੇ, ਆਖਸੇ ਨਾ ਇਸ ਦਾ ਸਵਾਬ 14 ਤੇ ਜਿਹੜਾ ਉੱਥੋਂ ਸਵਾਬ ਮਿਲੇ, ਮਾਲਿਕ ਮੇਰੀ ਅੰਮਾ ਅਤੇ ਬਾਬੇ ਦੇ ਰੂਹ ਨੂੰ ਪਹੁੰਚੇ। ਇਮਾਮ ਪਿਆ ਫਰਮਾਉਂਦੇ, ਹੱਥ ਅੱਲੇ ਨਾਸ ਨੂਹੇ ਕਬਰ 'ਚ ਦੁਆ ਕਰੇ ਸੀ। ਮਿਹਰਬਾਨੀ, ਨੂਹੇ ਕਬਰ 'ਚ ਦੁਆ। ਅਸਲਾਮੁ ਅਲੈਕਾ ਯਾ ਅਹਲ ਅਲ-ਕਬੂਰ, ਓ ਇਨਾ ਹਸੀਨ ਔਰ ਸੋਹਣੇ ਘਰਾਂ ਸਮਣ ਵਾਲੇ, ਮੇਰਾ ਸਲਾਮ। ਫਿਕਹ ਜਾਫਰੀਆ ਦੇ ਮੁਤਾਬਿਕ ਸਲਾਮ ਦਾ ਕਰਨਾ ਸੁਨਤ ਏ, ਜਵਾਬ ਦੇਵਣਾ ਵਾਜਿਬ ਏ। ਅਗਰ ਕਬਰ 'ਚੋਂ ਜਵਾਬ ਨਾ ਆਵਿਆ, ਇਮਾਮ ਸਲਾਮ ਦਾ ਕਿਉਂ ਆਖਿਆ? ਅਗਰ ਕਬਰ 'ਚੋਂ ਸਲਾਮ ਦਾ ਜਵਾਬ ਨਾ ਆਵੇ, ਹਾਂ ਇਮਾਮ ਕਿਉਂ ਆਖਿਆ? ਬਾਅਦ ਮੇਰਾ ਇਮਾਮ ਪਿਆ ਫਰਮਾਉਂਦੇ, ਤੁਸੀਂ ਸਲਾਮ ਕਰਦੇ ਹੋ, ਉਹ ਸੁਣਦੇ ਨੇ, ਜਿਹੜੇ ਉਹ ਜਵਾਬ ਦਿੰਦੇ ਨੇ
امام فرمائے دے تواری وسط طاقت نہیں جو انہوں دے جواب کو سن سکو. سلام دا کرنا سنت ہے, جواب دینا اچھا. درود پڑھتے ہو, الحمد پڑھتے ہو, کل پڑھتے ہو, چوکھا ٹائم لگتا ہے پڑھنا تو اندے واسطے بھی جڑا آپ نہیں کھاندا تے کو کھویندا جو میرا پتر جو کھاسی تو میں خوش تھی سا. سمجھ آتی پی حیاتی دا سارا نہیں تغاری چاہ کے مزدوری کریں دا نہیں اٹھ ڈا گھنٹہ تو بعد سو روپیہ ملے پانچ سو ملے جو بھی بنا لو ملے. امرود گیدے سیب گیدے اولاد واسطے کیلے گیدے روح ادھائی آندا بھی میں ایک سیب چکھاما میں شاپر جو کڈا اس وقت خیال ہے پتر جو کھاسی تو میں کھاتا. جیڑا ایڈا خیال رکھدا ہا تیڈا تے روٹی تو وہ ہے جڑی تے آپ کھاونی ہے, سالن وہ ہے جڑا آپ کھاونا ہے, پانی وہ ہے جڑا آپ پیونا ہے. اگر ایک منٹ گرا منہ وچ دیر نہ لگا گیا تے کئی قیامت آ گئی ہے. ایک دفعہ الحم چپڑ, ترے دفعہ کل پاک چپڑ, اول و آخر درود, اس کلام و توام دا ثواب مالک میری اماں تے بابے دے روح کو پہنچے. امام فرمائندے نوہے خوشی تھی سن دعا ہی کرے سن. روز قبرستان من روزانہ من کی عیب علی گل نہیں, کوئی شکایت علی گل نہیں, کوئی پوچھے کیوں میں نے روز اماں کو ملن میں نے کیوں پیا میں نے جی بابے کو ملن پیا میں پیو ماں رشتہ ہی ہو جی ہے. یہ دی مثال شاہ جی کائنات کوئی میں تو قرآن چاہ کے دینا میں بابوزو بیٹھا میں نیا نیمن واسطے تیار ہاں. اگر میں کو پتہ لگ بجے نا جب فلانا خنزیر یا کتا پیو تے ماں کو بھونک دے ایسے خنزیر دا ہاتھ گننا میں حرام سمجھے دا. اگر نہ پتہ ہوئے تو کتے دا ہاتھ گن کھڑو ماں تے وکری کر لے جڑا پیو تے ماں کو بھونکے تے نا میرا کیڑا دے صاحب نال یار ہے. بندے دا پتر ہوئے تے پیو تے ماں کو بھونکے آ جڑا اماں تے باپے دا گستاخ ہے میں کو پرہج پنچایتی چا سمجھا تے نا میرا کیویں سجن بن دے جنہ جائے انہ دا نہیں دوستاں دا کیویں دوست. انسان ہے خطا کار ہے گناہ گار ہے. میں سویڈن گیا ہوں ہوٹل دے افتتاح آئی افتتاح کیتا میں بندے کو پوچھے میں کہا تو پاکستان تا آدھا میں میں غریب ہوں ہن پیسے وہاں کہ میرے کو عمل ہے میں کہا کیڑا وہاں کہ آؤ صدوق جو شاپر جتی چم کے آدھے ماں گئی مر جتی چمنا میں دے اللہ میں دے ٹکر ودھا دے پیو ماں یہ اللہ نے رشتے ہی ہو جے بڑھائیں چاہے ماں دی صورت ہے چاہے باپ دی صورت. رضا دا بابا تقریر بیٹھا کریں دے ایک بندہ اٹھے کھڑوتے ہیں وہاں کہ مولا میرے رزق کی برکت نہیں پوندی. امام فرمائیں دے پیو تے ماں کو آگ تیرے حق کے دعا کر. بھی اٹھی کھڑوتے ہیں وہاں کہ مولا میرے گھارے چو دکھ تکلیفہ نکل دیا نہیں. امام فرمائندے اما بابے کو آگ تیرے حق وچ دعا کریں. نوکر اٹھی کھڑوتا ہے وہاں کہ مولا پانچ بندے اٹھے ہیں سوال وکھرے وکھرے ہیں جواب ہی کر دیتا ہے پیو ماں کو آگ پیو ماں کو آگ پیو ماں کو آگ. امام فرمائندے میں کو نانے مصطفیٰ دی نبوت دی قسم ہے دعا اللہ رشتہ جڑا اللہ نے اما تے بابے تو زیادہ بنائے ہی نہیں میں امام کہندا کہندا ناچ انہاں رشتاں دی. انسان جو خطا کار ہے گناہ گار ہے. مولا علی پہ فرمائے پیو تے ماں دی اکھ اک پا کے گل نہ کریں بھاویں کافری کیوں نہ ہو.
ਸਿਰ ਹਲਾਇਆ ਵੇ ਜੁਮਲੇ ਦੀ ਕਦਰ ਨਹੀਂ ਵੇਖੀ ਵਿਨੋਦ ਕੀ ਕਿਹਾ ਇਮਾਮ ਪੈ ਫਰਮੈਂਦੇ ਅੰਮਾ ਤੇ ਬਾਬਾ ਭਾਵੇਂ ਕਾਫਿਰ ਕਿਉਂ ਨਾ ਹੋਵਣੀ ਉੱਚਾ ਨਾ ਬੋਲੇ ਉਹਨਾਂ ਦੇ ਉਹਨਾਂ ਦੀ ਇੱਜ਼ਤ ਵਿੱਚ ਫਰਕ ਨਾ ਧਿਆਨ ਮਾਤਾ ਪਿਓ ਤੇ ਮਾਂ ਦੇ ਲਹਿਜੇ ਤੋਂ ਤਾਂ ਲਹਿਜਾ ਉੱਚਾ ਹੋ ਸੀ ਤਾਂ ਮੈਂ ਅਲੀ ਨਾਰਾਜ਼ ਥੀ ਸੀ ਵੱਤ ਪੈ ਫਰਮੈਂਦੇ ਭਾਵੇਂ ਪਿਓ ਤੇ ਮਾਂ ਕਾਫਰੀ ਹੋਵੇਂ ਕਾਫਿਰ ਭਾਵੇਂ ਮਾਂ ਕਾਫਰਾਈ ਤੇ ਪਿਓ ਕਾਫਰੀ ਵੀ ਆਖੀ ਚੱਕ ਪਾ ਕੇ ਗੱਲ ਨਾ ਕਰੇ ਨਾ ਗੱਲ ਦਾ ਜਵਾਬ ਦੇਵੇਂ ਨਾ ਲਹਿਜਾ ਉੱਚਾ ਰੱਖੇ ਅਖੀਰ ਤੇ ਬਤੂਲ ਦਾ ਹਾਕਿਮ ਪਿਆ ਫਰਮੈਂਦੇ ਜਾਂ ਦੋਵੇਂ ਪਿਓ ਤੇ ਮਾਂ ਰਲ ਕੇ ਆਖਣੀ ਨਾ ਇਸਲਾਮ ਛੋੜ ਤੇ ਮੁਹੱਬਤ ਅਲੀ ਛੋੜ ਮੈਂ ਅਲੀ ਪਿਆ ਦਾ ਮਿੰਟ ਨਾ ਲਾ ਮਾਂ ਹੀ ਛੋੜ ਪਿਓ ਹੀ ਛੋੜ ਹੁਣ ਬੋਲੇ ਅੱਲਾ ਤੁਹਾਡੀ ਜ਼ਿੰਦਗੀ ਮਿਹਰਬਾਨੀ ਔਲਾਦ ਅੱਛੀ ਹੋਵੇ ਪਿਓ ਮਾਂ ਖੁਸ਼ ਥੀਂਦੀ ਮਾਂ ਤਾਂ ਸੁਭਾਨ ਅੱਲਾ ਜਿਹਦੀ ਕੀਮਤ ਹੀ ਕੋਈ ਤੁਸੀਂ ਚੁੱਪ ਕਰੋ ਸਿਰ ਹਲਾਓ ਮੇਰਾ ਹਯਾਤੀ ਹੋਈ ਜ਼ਮੀਰ ਮੁਤਮਿਨ ਹੈ ਮੈਂ ਜੋ ਹੱਕ ਤੇ ਸੱਚ ਬੈਠਾ ਬੰਦੇ ਦਾ ਕਲਬ ਮੁਤਮਿਨ ਹੋਵੇ ਕਿ ਜੋ ਮੈਂ ਅਰਜ਼ ਪਿਆ ਕਰਾਂਦਾ ਮੈਂ ਸਹੀ ਬੈਠਾ ਆਦਾਂ ਉਹ ਜ਼ਿਹਨੀ ਤੌਰ 'ਤੇ ਬੰਦਾ ਮੁਤਮਿਨ ਰਹਿੰਦਾ ਖੁਸ਼ ਰਹਿੰਦਾ ਮਦੀਨੇ ਦੀ ਇੱਕ ਲੜਕੀ ਆਈ ਉਹਦੀ ਸ਼ਾਦੀ ਥਈ ਏਡੂ 3 ਕਿਲੋਮੀਟਰ ਮਦੀਨੇ ਤੋਂ ਦੂਰ ਇੱਕ ਬਸਤੀ ਆਈ ਉੱਥਾਂ ਦੁੱਖ ਸੁੱਖ ਇਨਸਾਨ ਨਾਲ ਕੁਝ ਦਿਨਾਂ ਤੋਂ ਬਾਅਦ ਉਹਦਾ ਸ਼ੌਹਰ ਦੇਖ ਕੇ ਆਉਂਦੇ ਮੈਂ ਕਾਰੋਬਾਰ ਕਰਾਂਦਾ ਖੁਸ਼ਬੂ ਦਾ ਤਾਂ ਨਾ ਇਹ ਹਾਲਾਤ ਤਾਂ ਕੋਨ ਇਹ ਜਿਵੇਂ ਹੁਣ ਘੰਟੇ ਤੋਂ ਬਾਅਦ ਕਰਾਚੀ ਅਤੇ 2 ਘੰਟੇ ਤੋਂ ਬਾਅਦ ਇਸਲਾਮਾਬਾਦ ਅਤੇ ਵੱਧ 40 ਮਿੰਟ ਤੋਂ ਬਾਅਦ ਲਾਹੌਰ ਖੁਤਬਾ ਸ਼ੁਰੂ ਜਿਹਨਾਂ ਸਿਰ ਹਿਲਾਇਆ ਕਿ ਟਿਕਟ ਤੁਸਾਂ ਤਾਂ ਕੌਣ ਮੇਰੇ ਹਾਂਜੀ ਨਾਸਰ ਕਿਤਾਬ ਪੜ੍ਹਦਾ ਹੁਣ ਆਗ ਜੀ ਸ਼ੀਆ ਮਿਆਣੀ 5 ਵਜੇ ਸੁਰਗੋਦੇ ਜੀ ਰਾਤ ਦੇ 10 ਵਜੇ ਹੋ ਕੇ ਕਿਰਾਚੀ ਹੋ ਕੇ ਕਮਾਲ ਏ ਹੁਣ ਕਮਾਲ ਵਾਲਾ ਦਾ ਕਮਾਲ ਹੈ ਸਕੇ ਕਰੋ ਤਨਾ ਇਹ ਰਿਵਾਜ ਆਉਂਦਾ ਵੱਡੀ ਤੋਂ ਵੱਡੀ ਸਵਾਰੀ ਜਿਹੜੀ ਆਉਂਦੀ ਹੈ ਉਹ ਉੱਠ ਅਤੇ ਘੋੜਾ ਆਉਂਦਾ ਇਹਨਾਂ ਕੋ ਕਾਰ ਸਮਝੋ ਲੈਂਡ ਕਲੂਜ਼ਰ ਸਮਝੋ ਜਹਾਜ਼ ਸਮਝੋ ਜੋ ਦਿਲ ਲਾ ਕੇ ਸਮੇਂ ਸਵਾਰੀ ਹੀ ਆਈ ਉੱਠ ਖੱਚਰ ਘੋੜਾ ਸਫ਼ਰ ਆਉਂਦੇ ਹਨ ਛੀ 5-5 ਮਹੀਨਿਆਂ ਦੇ 3-3 4-4 ਮਹੀਨਿਆਂ ਦੇ 2-2 ਮਹੀਨੇ ਦੇ ਸਫ਼ਰ ਆਉਂਦੇ ਹਨ ਤਾਜੇ ਰਹਾਈ ਖੁਸ਼ਬੂ ਦਾ ਬੀਵੀ ਕੋ ਦੇਖ ਕੇ ਆਦ ਮੇਰੀ ਤਰਫੋਂ ਤੇ ਕੋਈ ਇਜਾਜ਼ਤ ਏ ਗੇਟ ਦੇ ਆਮਣ ਤੱਕ ਬਾਹਰ ਨਿਕਲਣ ਦੀ ਇਜਾਜ਼ਤ ਮੇਰੀ ਤਰਫੋਂ ਕੋਨੇ ਵੀ ਸਿਰ ਨਾ ਹਲਾਓ ਨਾ ਯਾਰ ਉਹ ਆ ਕੇ ਦਰਵਾਜ਼ੇ ਤੱਕ ਇਜਾਜ਼ਤ ਅੱਗਾ ਮੇਰੀ ਤਰਫੋਂ ਕੋਈ ਨਹੀਂ ਮਾਤਾ ਦੀ ਮਰਜ਼ੀ ਆਪਣੀ ਮਰਜ਼ੀ ਇਹੋ ਜਿਹੀ ਗੱਲਾਂ ਵੈਸੇ ਮੈਂ ਕੀਤੀਆਂ ਨਹੀਂ ਕਦੇ ਨਾ ਮੇਰਾ ਮਿਆਰ ਹੈ ਹੁਣ ਆ ਜੋ ਗਈ ਹੈ ਤਾਂ ਵੱਧ ਕਰਿਆ ਨਾ ਇੱਕ ਬੰਦਾ ਆਪਣੀ ਬੀਵੀ ਕੋ ਬਾਜ਼ਾਰ 'ਚ ਖੜਾ ਕੁੱਟੇਂਦਾ ਹੋਵੇ ਦੂਜਿਆ ਕੋਏ ਘਰ ਜੋ ਵੰਜਿਆ ਉੱਥਾਂ ਹੀ ਥੱਪ 'ਚ ਮਾਰਾਂ ਘਰ ਬਾਹਵੇ ਤਾਂ ਖੱਲੇ ਮਾਰਾਂ ਉਹ ਆਖੇ ਜਿਹੜੇ ਘਰ ਬਾਹਵੇ ਤਾਂ ਕੁੱਟਾਂ ਘਰ ਤਾਂ ਬਾਂਦੀ ਨਹੀਂ ਉਹ ਆਖੇ ਦਰਵਾਜ਼ੇ ਤੱਕ ਇਜਾਜ਼ਤ ਹੀ ਵੀ ਅੱਗਾ ਕੋਨੀ ਕੰਨਾ ਵੱਲ ਸੋ ਉਹ ਸਫ਼ਰ ਦੇ ਮੁਤਾਬਿਕ ਆਖੋ ਸੀ 2 ਮਹੀਨੇ ਬਾਅਦ 1 ਮਹੀਨੇ ਬਾਅਦ 6 ਮਹੀਨੇ ਬਾਅਦ ਇਹੋ ਸੋ ਆਖੇ ਠੀਕ ਹਫ਼ਤੇ ਦੇ ਬਾਅਦ ਬਿਰਾ ਬਜਦਾ ਹੋਇਸ ਹੁਣ ਮੈਂ ਕੋਈ ਤਕਲੀਫ ਥੀ ਸੀ ਖਿਜ਼ਰ ਪੀਰ ਜਾਂ ਹੁਣ ਸਿਰ ਹਲਾਇਆ ਕਰੀਮ ਅਦਰ ਮੌਲਾ ਸਿਹਤ ਨੇ ਵੀ ਦੁੱਖ ਗਿਣ ਕੇ ਵੈਸਾ ਸ਼ੀਆ ਮਿਆਣੀ ਚੋਂ ਜੇ ਹੁਣ ਸਿਰ ਹਲਾ ਇਸ ਸਿਰ ਹਲਾਵਣ ਦੀ ਦੇਰ ਛੁੜੇ ਸਸ ਅੱਜ ਮਾਈ ਕੋ ਨਾ ਵੱਤ ਜੋ ਸਿਰ ਹੁਣ ਹਲੋਸ ਤਾਂ ਯਾਦ ਰੱਖ ਹੈ
ਸ਼ੀਆ ਸੁੰਨੀ ਭਾਈਓ ਹਫ਼ਤੇ ਦੇ ਬਾਅਦ ਬਿਰਾ ਵੱਜਦਾ ਉਹ ਆਖੇ ਬਾਬਾ ਬਿਮਾਰ ਹੈ ਉਹ ਆਖੇ ਦੁਆ ਮੰਗ ਸਾਲਾ ਸਿਹਤ ਦੇ ਬਹੁਤ ਮਿਹਰਬਾਨੀ ਬਾਬਾ ਬਿਮਾਰ ਹੈ ਸਡੇਂਦੇ ਉਹ ਆਖੇ ਵੰਜ ਨਾ ਸਕਦੀ ਅੱਲਾ ਸਿਹਤ ਦੇਸ ਕੀ ਸਮਝ ਆਈ ਨਹੀਂ ਸਮਝ ਆਈ ਤਸ਼ਰੀਹ ਕਰਾਂ ਉਹ ਆਖਾ ਬਾਬਾ ਸਡੇਂਦੇ ਬਿਮਾਰ ਹੈ ਉਹ ਆਖਾ ਸ਼ੋਹਰ ਹੋਵੇ ਆ ਲਗੀ ਜੁਲਾ ਆਹੇ ਕੋਈ ਨਾ ਦੁਆ ਮੰਗ ਸਕਦੀਆਂ ਮਨਾ ਕਰ ਗਈ ਹੈ ਹੱਦ ਜਿਹੜੀ ਹੈ ਉਹ ਗੇੜ ਹੈ ਉਹ ਦਰਵਾਜ਼ੇ ਬਹਿਰ ਦੀ ਇਜਾਜ਼ਤ ਹੈ ਕੋਈ ਮੈਂ ਤਾਂ ਆ ਨਾ ਸਕਦੀ ਨਮਾਜ਼ ਪੜ੍ਹਸਾਂ ਕੁਰਾਨ ਪੜ੍ਹਸਾਂ ਦੁਆ ਮੰਗਸਾਂ ਮੈਂ ਅੱਲਾ ਸਿਹਤ ਛੱਡੇ ਸੀ ਬਹੁਤ ਮਿਹਰਬਾਨ ਇੱਜ਼ਤ ਵਾਲੇ ਘਰਾਂ ਦੇ ਫਰਦ ਬੈਠੇ ਹੋ ਹੁਣ ਮੈਂ ਕੁਛ ਸਿਰ ਨਹੀਂ ਚਾਹੀਦੇ ਦਿਮਾਗ ਚਾਹੀਦੇ ਨੇ ਵੱਲ ਆਇਆ ਪੁੱਤਰ ਪਿਓ ਡੇਕਿਆ ਦੇ ਨਹੀਂ ਆਈ ਉਹ ਆਖੇ ਨਹੀਂ ਆਈ ਉਹ ਆਖੇ ਲੈ ਜਾ ਝਿੱਕਾ ਕਰ ਇੱਜ਼ਤ ਵਾਲੀ ਧੀ ਹੈ ਮੇਰੀ ਇੱਜ਼ਤ ਵਾਲੀ ਧੀ ਹੈ ਮੇਰੀ ਇੱਜ਼ਤ ਵਾਲੀ ਬੜੇ ਮਕਾਮ ਰੱਖ ਬੜੀ ਮੰਜ਼ਲਤ ਬੜੀ ਸ਼ਾਨ ਉਹ ਆਖੇ ਇਹ ਚੰਗੀ ਸ਼ਾਨ ਹੈ ਤੈ ਕੋ ਪੁੱਛਣ ਨਹੀਂ ਆਈ ਉਹ ਆਖੇ ਸ਼ੋਹਰ ਆਖਸ ਨਾ ਕੋਨੇ ਸ਼ੋਹਰ ਦੀ ਇਜਾਜ਼ਤ ਤੋਂ ਬਗੈਰ ਕਿਵੇਂ ਬਹਿਰ ਇੱਜ਼ਤ ਵਾਲੀ ਦੀ ਹੈ ਮੇਰੀ ਮੈਂ ਜੋ ਪਿਆਦਾ ਮੈਂ ਜੋ ਖੁਸ਼ ਹਾਂ ਇੱਜ਼ਤ ਤੀਜੇ ਦਿਹਾੜੇ ਵੀ ਵੱਜਦਾ ਹੈ ਉਹ ਆਖੇ ਬੋਲ ਚਾਲ ਬੰਦ ਥੀ ਗਈ ਹੈ ਬਾਬੇ ਦਾ ਮੂੰਹ ਤਾਂ ਦੇਖ ਵੰਨ ਉਹ ਆਖੇ ਅੱਲਾ ਸਿਹਤ ਦੇਸੀ ਨਾ ਆ ਸਕਦੀ ਕੋਨੀ ਆਇਆ ਸਮਝ ਆਉਂਦੀ ਪਈ ਹਯਾਤੀ ਦਰਾ ਦੂਜੇ ਦਿਹਾੜੇ ਠੁੱਲੀ ਦੀ ਗੇਰੇ ਲੈ ਵੀ ਆਇਆ ਉਹ ਆਖੇ ਮਰ ਗਈ ਹੈ ਉਹ ਆਖੇ ਮੌਲਾ ਦਰਜਾਤ ਬੁਲੰਦ ਕਰੇ ਨੀ ਵੀ ਆਵਣਾ ਉਹ ਆਖੇ ਨਾ ਨਹੀਂ ਗਈ ਸ਼ੀਆ ਮਿਆਣੀ ਵਾਲੇ ਉਹ ਨਹੀਂ ਗਈ ਬਿਮਾਰ ਮਰੀਜ਼ ਆਖਰੀ ਟਾਈਮ ਮੌਤ ਗੁਸਲ ਕਫਨ ਜਨਾਜ਼ਾ ਮੂੰਹ ਨਿਸ ਡਿੱਠਾ ਕਬਰ ਚ ਦਫਨੀ ਗਈ ਹੈ ਇਡੂ ਨੀ ਉਭਰੇ ਉਡੂ ਬਤੂਲ ਦੇ ਬਾਬੇ ਇਹਦੇ ਘਰ ਚ ਪਹਿਲਾ ਕਦਮ ਰੱਖ ਇਹ ਹੁਣ ਬੋਲੇ ਹਯਾਤੀ ਮੌਲਾ ਇੱਜ਼ਤ ਨਬੀਆਂ ਦਾ ਸੁਲਤਾਨ ਪਿਆ ਫਰਮੈਂਦੇ ਮੁਬਾਰਕ ਦੇਵਣ ਆਇਆ ਉਹ ਆਦੀ ਸਾਈਂ ਕੈਸੀ ਮੁਬਾਰਕ ਪਿਉ ਤਾਂ ਮੈਡਾ ਮਰ ਗਈ ਹੈ ਮੁਬਾਰਕ ਕੈਸੀ ਫਰਮੈਂਦੇ ਨੇ ਮੈਂ ਆਪ ਨਾ ਆਇਆ ਅੱਲਾ ਭੇਜੇ ਤੇਰੇ ਵਾਲਿਦ ਇਤਨਾ ਗੁਨਾਹਗਾਰ ਆ ਉਹਦੇ ਤੇ ਜਹੰਨਮ ਵਾਜਿਬ ਆਈ ਜਿਹੜਾ ਕੰਮ ਤੈਂ ਕੀਤਾ ਤੇਰੀ ਵਜ੍ਹਾ ਨਾਲ ਅੱਲਾ ਪਿਆ ਦੇ ਗੁਨਾਹ ਹੀ ਮਾਫ ਕਰ ਦਿੱਤੇ ਮੈਂ ਜੰਨਤ ਹੀ ਅਤਾ ਕਰ ਸਮਝ ਆਉਂਦਾ ਔਲਾਦ ਅੱਛੀ ਹਾਈ ਵਾਲਿਦੈਨ ਮੁਤਮਿਨ ਵੈਂਦਨ ਦੇਖੋ ਜੀ ਬੰਦਾ ਚੰਗਾ ਆਪਣੇ ਵਾਸਤੇ ਆਉਂਦੇ ਤਾਰੀਫ ਜਹਾਨ ਕਰੇਂਦੇ ਦੇਖੋ ਮਾਂ ਆਉਂਦੀ ਪਿਉ ਹੁੰਦਾ ਕਦਮਾਂ ਤੇ ਜੋ ਝੁਕ ਸੀ ਉਹ ਪੂਰਾ ਸ਼ੀਆ ਮਿਆਣੀ ਤਾਰੀਫ ਕਰੇ ਸੀ ਵਾਹ ਬਾਈ ਵਾਹ ਬੜਾ ਲੈਕ ਪੁੱਤਰੇ ਫੁਲਾਣੇ ਦਾ ਤਾਰੀਫ ਆਪਣੀ ਅੰਮਾ ਚੁੰਮੇਸ ਆਪਣੇ ਵਾਲਿਦ ਦੀ ਜੁੱਤੀ ਤੇ ਹੱਥ ਰੱਖ ਕੇ ਸਲਾਮ ਕੀਤਾ ਤਾਰੀਫ ਪੂਰਾ ਮੁਲਤਾਨ ਪਿਆ ਕਰੇਂਦੇ ਮੂੰਹ ਲੈ ਕੇ ਮੂੰਹ ਸ਼ਰੀਫ ਏ ਪਿਉ ਮਾਂ ਦਾ ਫਰਮਾ ਬਰਦਾਰ ਉਸ ਟੁੱਕਰ ਤਰੇ ਬਣਾਏ ਮਤ ਕਹਿੰਦੇ ਜ਼ਹਿਨ ਚ ਹੋਵੇ ਵੀ ਰਿਸਕ ਬੰਦ ਕਰ ਰਹੇ ਸੀ ਰਜ਼ਾਕ ਨਹੀਂ ਮੂਸਾ ਜੈਸਾ ਨਬੀ ਜੋ ਕੋਹ ਤੂਰ ਤੇ ਗਈ ਹੈ ਤੇ ਪਾਲਣੇ ਵਾਲੇ ਇੱਕ ਮਿਹਰਬਾਨੀ ਕਰ ਜੀ ਦੱਸਾਂ ਇਹ ਫਿਰਾਉਣ ਦਾ ਟੁੱਕਰ ਬੰਦ ਕਰ
ਖਾਲਕ ਦੇ ਵਾਸਤੇ ਮੈਂ ਤਾਂ ਨਾ ਕਰਿੰਦਾ ਕਿਉਂ ਦੇਖਿਆ ਦੇ ਹੈ ਮੂਸਾ ਊਂ ਬੰਦਿਆ ਹੀ ਛੋੜ ਦਿੱਤੀ ਹੈ ਤੇਰੀ ਕਿਮਰ ਦੀ ਹੈ ਮੈਂ ਖੁਦਾ ਹੀ ਛੋੜ ਲਿਆ ਮਿਹਰਬਾਨ ਊਂ ਜੇ ਬੰਦਿਆ ਹੀ ਛੋੜ ਦਿੱਤੀ ਤੇਰੀ ਕਿਮਰ ਦੀ ਹੈ ਮੈਂ ਖੁਦਾ ਹੀ ਛੋੜ ਅੱਛਾ ਪਤਾ ਉਸੇ ਪਹਿਲੀ ਰਾਤ ਲੱਗ ਪੈਂਦਾ ਮਾਂ ਤੇ ਪਿਓ ਦੇ ਵਜ਼ਨ ਦਾ ਅੱਛਾ ਕੁਝ ਹੀ ਨਾ ਕਰਨ ਨਾ ਤੇ ਬੈਠੇ ਰਹਿਣ ਸੁਭਾਨ ਅੱਲਾਹ ਸਹਾਬੀ ਅਬੂ ਜ਼ਰ ਕਿਹੜਾ ਸੱਚਾ ਹੈ ਮੈਂ ਨਾ ਮੌਲਵੀ ਦੀ ਗੱਲ ਕਰਾਂਦਾ ਨਾ ਮੈਂ ਕਹਿ ਜ਼ਾਕਿਰ ਦੀ ਗੱਲ ਕਰਾਂਦਾ ਖੁਦ ਰਸੂਲ ਪਿਆ ਫਰਮਾਇੰਦਾ ਅਬੂ ਜ਼ਰ ਦੇ ਮੁਤਲਕ ਆਸਮਾਨ ਉਹਦੇ ਉੱਤੇ ਛਾਂ ਨਹੀਂ ਕੀਤੀ ਜ਼ਮੀਨ ਉਹਦਾ ਵਜ਼ਨ ਚਾਇਆ ਨਹੀਂ ਮੈਂ ਰਸੂਲ ਪਿਆ ਦਾ ਜਿਹੜਾ ਮੇਰੇ ਨੌਕਰ ਸਹਾਬੀ ਅਬੂ ਜ਼ਰ ਤੋਂ ਜ਼ਿਆਦਾ ਸੱਚਾ ਅੱਲਾ ਬਈ ਸਾਰਿਆਂ ਦੀ ਜ਼ਿੰਦਗੀ ਦਾ ਰਾਜ਼ ਕਰੇ ਮੌਲਾ ਨਮਾਜ਼ੀ ਬਣਾ ਮੌਲਾ ਅੱਛਾ ਬਣ ਅਬੂ ਜ਼ਰ ਤੋਂ ਜ਼ਿਆਦਾ ਸੱਚੋ ਅਬੂ ਜ਼ਰ ਦੇ ਸਹਾਬੀ ਹਨ ਢੇਰ ਸਾਰੇ ਰਸੂਲ ਪਿਆ ਕਰੇਂਦਾ ਤਕਰੀਰ ਆਦੇ ਮੈਂ ਅੱਗੋ ਅੱਗੋ ਬੈਠਾ ਮੀ ਨਬੀਆਂ ਦਾ ਸੁਲਤਾਨ ਪਿਆ ਦਾ ਚਿੱਟੀ ਡਾੜੀ ਵਾਲਾ ਬਜ਼ੁਰਗ ਧੀਆਂ ਦੇ ਵਿੱਚ ਨੋਹਾਂ ਦੇ ਵਿੱਚ ਡੋਤਰੀਆਂ ਪੋਤਰੀਆਂ ਪੋਤਰਾਂ ਦੇ ਵਿੱਚ ਇਵੇਂ ਸੋਹਣਾ ਬੈਠਾ ਲੱਗਦਾ ਹੁੰਦਾ ਹੈ ਜਿਵੇਂ ਉਮਤ ਵਿੱਚ ਨਬੀ ਸੋਹਣਾ ਬੈਠਾ ਹੁਣ ਰਸੂਲ ਆਖੇ ਇੰਜ ਸੋਹਣਾ ਪਿਆ ਲੱਗਦਾ ਹੋਵੇ ਜਿਵੇਂ ਉਮਤ ਵਿੱਚ ਨਬੀ ਸੋਹਣਾ ਲੱਗਦਾ ਹੁਣ ਮੈਂ ਕੋ ਦੱਸਾਂ ਉਹਦੀ ਇੱਜ਼ਤ ਕੋਈ ਨਹੀਂ ਜਿਹੜਾ ਨਬੀ ਦੀ ਮਿਸਲ ਸੋਹਣਾ ਬੈਠਾ ਲੱਗਦਾ ਹੈ ਸਮਝ ਆਈਏ ਮੇਰੀ ਅਰਜ਼ੀ ਜਾਂ ਨਹੀਂ ਕੁਝ ਵੀ ਨਾ ਕਰਨ ਤੇ ਅੰਮਾ ਤੇ ਪਿਓ ਬੈਠੇ ਨਾ ਹੋਵੇ ਸੁਭਾਨ ਅੱਲਾਹ ਤੁਸੀਂ ਆਪ ਡਿੱਠੋ ਸੀ ਉਹ ਆਖੇ ਰਹਿ ਪਓ ਆਖੇ ਜੀ ਰਾਂਦਾ ਘਰ ਇਕੱਲੇ ਹੀ ਆਖੇ ਨਹੀਂ ਹਯਾਤੀ ਹੋਵੇ ਅੰਮਾ ਹੀ ਬਾਬਾ ਜੀ ਇਵੇਂ ਗੱਲ ਉਹ ਆਖੇ ਰਹਿ ਪਓ ਉਹ ਆਖੇ ਜੀ ਰਾਂਦੇ ਵੀ ਆ ਬੈਠਾ ਉਹ ਘਰ ਇਕੱਲਾ ਨਹੀਂ ਵੀ ਉਹ ਆਖੇ ਨਹੀਂ ਅੰਮਾ ਹੀ ਬਾਬਾ ਜੀ ਖਤਮ ਉਹ ਆਖੇ ਖਾਣਾ ਪਕਾਇਮ ਹਰਨ ਭੁਨਸਾ ਉਹ ਆਖੇ ਨਾ ਰਾਂਦਾ ਉਹ ਕਿਉਂ ਆਖੇ ਅੰਮਾ ਆਈ ਉਹ ਹੀ ਟੁੱਟ ਗਈ ਹੈ ਬਾਬਾ ਆਈ ਉਹ ਹੀ ਟੁੱਟ ਗਈ ਇਹ ਉਹ ਹਵੇਲੀ ਤੇ ਹੇ ਜੇ ਕੋ ਪਿਛਲੇ ਸਾਲ ਆ ਖਾ ਵੀ ਰਾਂਦਾ ਅੱਜ ਰੋਟੀ ਕਿਉਂ ਨਹੀਂ ਖਾਂਦਾ ਮੈਂ ਆਦਾ ਮਜ਼ਰ ਜਿਵੇਂ ਕੁਝ ਹੀ ਨਾ ਕਰਨ ਤੇ ਚੁੱਪ ਕਰਕੇ ਬੈਠੇ ਰਾਵਣ ਲਾ ਇਲਾਹਾ ਇਲੱਲਾ ਮੁਹੰਮਦੁਰ ਰਸੂਲੁਲਲਾ ਅਲੀਯੁਨ ਵਲੀਯੁਲਲਾ ਪਿਉ ਤੇ ਮਾਂ ਘਰ ਬੈਠੇ ਹੋਵਨ ਇੱਕ ਪਿਉ ਮਾਂ ਨਾ ਸਮਝੇ ਇੱਕ ਜੰਨਤ ਤੇ ਦੋ ਮਹਲ ਸਮਝੇ ਚਾਹੇ ਮਾਂ ਹੀ ਵੀ ਚਾਹੇ ਪਿਉ ਵੀ ਤੇਰੇ ਦੁਆਈ ਦਾ ਮਰਕਜ਼ ਬੈਠੇ ਇਹ ਹੁਣ ਬੋਲੇ ਹੋ ਜਿਵੇਂ ਮੇਰਾ ਦਿਲ ਆਈ ਹੈ ਜਿਵੇਂ ਮੈਂ ਚਾਹੁੰਦਾ ਉਫ ਦੀ ਇਜਾਜ਼ਤ ਹੀ ਕੋਈ ਨਹੀਂ ਉੱਚਾ ਬੋਲਣ ਦੀ ਇਜਾਜ਼ਤ ਹੀ ਕੋਈ ਨਹੀਂ ਹੱਦ ਨਾ ਹੋ ਗਈ ਮਾਸੂਮ ਪੈ ਫਰਮਾਇੰਦੇ ਅਗਰ ਸੁਨਤ ਨਮਾਜ਼ ਪਿਆ ਪੜਦਾ ਤੇ ਮਾਂ ਹੱਕਲ ਮਾਰੀਏ ਕਰੀਮ ਹੈਦਰ ਨਾਸਿਰ ਆਬਿਦ ਖਿਜ਼ਰ ਇਮਾਮ ਪੈ ਫਰਮਾਇੰਦੇ ਲੈ ਜਾ ਉੱਚਾ ਰੱਖ ਤੇਰੀ ਅੰਮਾ ਕੋ ਪਤਾ ਲੱਗੇ ਨਮਾਜ਼ ਪੇ ਪੜਦੇ ਤੇ ਵਧਦੀ ਹੱਕਲ ਮਾਰਿਸ ਜਿੱਥਾ ਵਧੈ ਉਥਾਂ ਹੀ ਛੋੜ ਪੁੱਛ ਕੇ ਆਧੀਏ ਹੁਣ ਜਿਹੜਾ ਅੱਲਾ ਨਮਾਜ਼ 'ਚ ਦੇਰ ਬਰਦਾਸ਼ਤ ਨਹੀਂ ਕਰਦਾ ਆਮ ਲਾਈਫ 'ਚ ਕਦਾ ਨਾ ਕਦਾ ਸੁਣ ਸਕਦਾ ਸਮਝ ਆਈਏ ਮੇਰੀ ਅਰਦੀ ਜਾਂ ਨਹੀਂ ਉਹ ਅੱਲਾ ਨਾ ਕਦਾ ਬਰਦਾਸ਼ਤ ਜਿਹੜਾ ਨਮਾਜ਼ 'ਚ ਦੇਰ ਨਹੀਂ ਚਾਹੁੰਦਾ ਮਾਂ ਜੋ ਸਰੇ ਦੀ ਦੁਆਈ ਦਾ ਮਰਕਜ਼ ਹੈ ਦੁਆਈ ਦਾ ਕੋਟ ਹੈ ਮੂਸਾ ਜੈਸਾ ਨਬੀ ਮੂਸਾ ਜੈਸਾ ਪੈਗੰਬਰ ਉਲਿਲ ਆਜ਼ਮ ਵੀ ਹੈ ਕਲੀਮੁੱਲਾਹ ਅੱਲਾਹ ਨਾਲ ਡਾਇਰੈਕਟ ਕਲਾਮ ਕਰਨ ਵਾਲੇ ਕੋ ਮੂਸਾ ਕਲੀਮੁੱਲਾਹ ਕਹਿੰਦੇ ਆਪਣੀ ਅੰਮਾ ਕੋ ਦਫਨਾ ਕੇ ਜੋ ਟੁਰ ਰਹੇ ਖਾਲਕ ਦੇ ਆਵਾਜ਼ ਦੇਖ ਦੇਖ ਟੁਰੇ
ਜਿਹੜੀ ਘਰ ਬਹਿ ਕੇ ਦੁਆ ਮੰਗਦੀ ਅੱਜ ਕੋਈ ਨਹੀਂ। ਸਮਝ ਆਈਏ? ਅੱਛਾ, ਮੈਂ ਇਸ ਚੀਜ਼ ਕੋ ਅੱਛਾ ਨਹੀਂ ਸਮਝਦਾ ਕਿ ਬੰਦਾ ਪਿਓ ਮਾਂ ਦਾ ਘਰ ਹੋਵੇ, ਬਣਾਇਆ ਉਹਨੇ ਅਤੇ ਕਬਜ਼ਾ ਮੈਂ ਚੱਕੀ ਤੇ, ਅਤੇ ਹੁਣ ਜਿਹੜਾ ਪਿਓ ਮਾਂ ਟੁਰ ਗਏ, ਫਾਤੇ ਨਾ ਪੜਾਂ, ਲਾਨਤ ਐਸੀ ਜ਼ਿੰਦਗੀ ਤੇ। ਚੋਖਾ ਟਾਈਮ ਲੱਗਦੇ ਫਾਤੇ, 20 ਮੁਰੱਬੇ ਜ਼ਮੀਨ ਕਹਿੰਦੀ ਤੈਂ ਕੀਤੀ, ਉਹ ਆਖੇ ਨਹੀਂ ਬਾਬੇ ਦਿੱਤੀ, ਘਰ ਤੈਂ ਬਣਾਇਆ, ਉਹ ਆਖੋ ਨਹੀਂ ਬਾਬੇ ਹੋਣਾ ਬਣਾ, ਕਾਰ ਉਹ ਆਖੇ ਅੱਬੂ ਦਿੱਤੀ, ਪੈਟਰੋਲ ਪੰਪ ਉਹ ਆਖੇ ਉਹਨਾਂ ਆਉਂਦਾ, ਉਹ ਤਾਂ ਹਜ਼ਾ ਹੀ ਨਹੀਂ ਵੀ ਆਉਂਦਾ, ਰੋਟੀ ਖਾਂਦਾ ਅਤੇ ਫਾਤਿਆ ਨਹੀਂ ਪੜਦਾ। ਮਾਇਆ ਦਾ ਕਿਤਨਾ ਟਾਈਮ ਲੱਗਦਾ ਫਾਤੇ 'ਤੇ, ਮੈਂ ਕੁਛ ਸਮਝਾਓ ਤੁਸੀਂ। ਵੈਸੇ ਮੈਂ ਕੋਈ ਗੱਲਾਂ ਅੱਛੀਆਂ ਨਹੀਂ ਲੱਗਦੀਆਂ, ਕਹਿ ਕੇ ਵੇਲੇ ਸਮਝਾਉਣ ਵਾਸਤੇ ਕਰਨੀਆਂ ਪਾਉਂਦੀਆਂ। ਮੈਂ ਆਪਣੀ ਅੰਮਾ ਅਤੇ ਬਾਬੇ ਵਾਸਤੇ ਕਮ ਅਜ਼ ਕਮ ਦਿਨ ਵਿੱਚ 10 ਦਫ਼ਾ ਫਾਤਿਆ ਨਪਣਾ, ਬਤੂਲ ਦੀ ਕਸਮ ਹੈ, ਮੈਂ ਕੋਈ ਸਕੂਨ ਨਹੀਂ ਆਉਂਦਾ। ਕਮ ਅਜ਼ ਕਮ 24 ਆਵਰ 24 ਘੰਟਿਆਂ ਦੇ ਅੰਦਰ ਮੈਂ 10 ਦਫ਼ਾ ਫਾਤਿਆ ਪੜ੍ਹਦਾ, ਔਰ ਅਲਹਮਦੁਲਿਲਾ ਮੈਂ ਆਪਣੀ ਜ਼ਿੰਦਗੀ 'ਤੇ ਮੁਤਮਈਨ ਹਾਂ, ਮੇਰੀ ਕੋਈ ਨਮਾਜ਼ ਹੀ ਕਜ਼ਾ ਕੋਈ ਨਹੀਂ, ਮੈਂ ਆਪਣੀ ਲਾਈਫ 'ਤੇ ਬੜਾ ਮੁਤਮਈਨ। ਇਮਾਮ ਹੁਸੈਨ ਅਲੈਹਿ ਸਲਾਮ ਕੋਲ ਅਸਾਂ ਜੋ ਮੰਗਿਆ ਜ਼ੈਨਬ ਦੇ ਵਿਰਾ, ਦੇਰ ਹੀ ਨਹੀਂ ਕੀਤੀ, ਅਤਾ ਚੰਗੀ। ਨੀਅਤ ਚੰਗੀ ਹੋਵੇ ਤਾਂ ਮਦੀਨੇ ਵਾਲੇ ਅਤਾ ਕਰੇ। ਜਦੋਂ ਨੀਅਤ 'ਚ ਹੋਵੇ ਨਾ ਵੱਟੇ। ਅੱਛਾ, ਤੁਸਾਂ ਕਦਾਂ ਸ਼ੀਆ ਮਿਆਣੇ ਵਾਲੇ ਬੈਠੇ ਹੋ, ਇਮਾਨ ਨਾਲ ਦੱਸੇ, ਤੁਸਾਂ ਘੰਟੇ ਘਰ ਵੰਨੋ, ਸ਼ੀਆ ਮਿਆਣੇ 'ਚੋਂ ਨਿਕਲਦੇ ਪਵੇ ਦਰਬਾਰ ਕੋਲੋਂ, ਹਾਜੀ ਸਾਹਿਬ ਦੇ ਘਰ ਕੋਲੋਂ, ਕਰੀਮ ਹੈਦਰ ਸ਼ਾਹ ਦੀ ਗੱਲੀ ਦੇ ਵਿੱਚ, ਖਿਦਰ ਸ਼ਾਹ ਦੇ ਰੋਡ ਦੇ ਅੱਗੇ ਟੱਪੋ, ਅਤੇ ਕੋਈ ਆ ਕੇ ਓਏ 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 ਉਰੇ ਆਏ, ਕੱਢ 10 ਰੁਪਏ ਅੱਲਾ ਦੇ ਨਾਂ 'ਤੇ, ਕਿਹੜਾ ਦੇਸੀ ਖੱਲੇ ਕੁ ਮਰੇ ਸੋ। ਹੁਣ ਤਾਂ ਤੁਸੀਂ ਨੀਵੇਂ ਪੈ ਬੋਲਿਆਂਦੇ, ਜੁੱਤੀ ਤੁਸੀਂ ਹੀ ਮਰੇ ਸੋ, ਆਖ ਸੋ ਨਹੀਂ ਹੋ। ਚੱਬਾ ਲਾ, ਮੰਗਣ ਦਾ ਤਰੀਕਾ ਸਿੱਖ, ਅਲੀ ਕੋ ਭੌਂਕ ਕੇ ਨਾ ਮੰਗ, ਅਲੀ ਕੋ ਤਸਲੀਮ ਕਰਕੇ ਮੰਗ। ਮੰਗ ਤਾਂ ਸਹੀ, ਖਾ ਲਿਆਵੇਂ। ਕੈਸੇ ਕੈਸੀ ਮਖਲੂਕ ਆਈ, ਕੋਈ ਹੀ ਕਿਤਾਬ 'ਚ ਕੋਈ ਮੈਂ ਕੋਈ ਦਿਖਾ ਦੇਵੇ, ਬਤੂਲ ਦੇ ਹਾਕਮ ਕੋਲੋਂ ਗਏ ਹੈ ਤਾਂ ਅਲੀ ਆਖੇ ਕੱਲ ਆਵੇਂ, ਅਸਾਂ ਮਜ਼ਾ ਵੀ ਛੋੜ ਦੇ। ਮੈਂ ਅੰਗੂਠਾ ਨਹੀਂ ਲੈਂਦਾ। ਇੱਕ ਬੰਦਾ ਆਏ, ਉਹ ਆਖੇ ਯਾ ਅਲੀ ਭੁੱਖ ਲੱਗੀ, ਅਲੀ ਫਰਮਾਨ ਕੰਬਰ ਰੋਟੀ ਦੇਵੇਸ, ਉਹ ਆਖੇ ਦਸਤਰਖਾਨ, ਅਲੀ ਫਰਮਾਨ ਦਸਤਰਖਾਨ ਦੇ, ਸਾਈ ਉੱਠ ਤੇ, ਅਲੀ ਫਰਮਾਨ ਉੱਠ ਦੇ, ਉੱਠ ਕਤਾਰ 'ਚ, ਅਲੀ ਫਰਮਾਨ ਕਤਾਰ ਦੇ, ਮਹਾਰ ਸੱਟ ਕੇ ਕੰਬਰ ਭੱਜੇ। ਸਲੇਮਾਨ ਆਦੇ ਕਿਹਦੇ ਪਿਆ ਵਹਿੰਦਾ, ਉਹ ਆਖੇ ਸਮੁੰਦਰ ਜੋਸ਼ ਹੀ 'ਚ, ਮਤਾਲੀ ਆਖੇ ਕੰਬਰ ਤੂੰ ਹੀ ਨਾਲ ਲਗਾ ਵਾ। ਮਿਹਰਬਾਨੀ, ਮੰਗਣ ਦਾ ਸਲੀਕਾ ਹੋਵੇ, ਮੰਗਣ ਦਾ ਤਰੀਕਾ। ਅਸਾਂ ਤਾਂ ਕਹਿ ਕਿਤਾਬ 'ਚ ਨਹੀਂ ਪੜ੍ਹਾਂ, ਜੋ ਅੱਜ ਤੱਕ ਕਿਸੇ ਕੈਦੇ ਕਿਤਾਬ 'ਚ ਲਿਖਿਆ ਹੋਇਆ ਮੈਂ ਕੁਛ ਦਿਖਾਵੇ, ਅਲੀ ਕੋਲ ਗਏ ਤਾਂ ਅਲੀ ਆਖੇ ਮਸਲਿਆਂ ਦਾ ਪੁੱਛਣਾ ਹੀ ਤਾਂ ਕੱਲ ਆਵੇ ਨਾ। ਅਲੀ ਕੋਲ ਤਾਂ ਜਿਸ ਮੰਗੀ, ਅਲੀ ਤਾਂ ਮਦੀਨੇ ਵਾਲੇ ਐਸੇ ਕਰੀਮ ਹਨ ਜਿਹੜੇ ਦੇਂਦੇ ਗਏ, ਹਿਸਾਬ ਹੀ ਨਹੀਂ ਕੀਤਾ। ਹੁਣ ਮੈਂ ਕੋਈ ਮਾਨ ਨਾਲ ਦੱਸੋ, ਨੌਕਰ ਜੋ ਚੰਗੇ ਹੋਵੇ ਸਰਦਾਰਾਂ ਕੋਲ ਗੱਲਾਂ ਮਨਵਾ ਨਹੀਂ ਗਿਣਦੇ। ਹਾਏ ਬਈ, ਮਾਇਆ ਦਾ ਪੀਰ ਖਿਜ਼ਰ, ਨੌਕਰ ਚੰਗੇ ਹੋਵੇ, ਨੌਕਰ ਬੰਦੇ ਦਾ ਪੁੱਤਰ ਹੋਵੇ ਮੇਰਾ ਸੋਹਣਾ, ਸਰਦਾਰਾਂ ਕੋਲ ਸ਼ੀਜ਼ਾਂ ਮਨਵਾ ਗਿਣਦੇ ਹੈ। ਵੱਤ ਮੰਗ, ਮਨਵਾ ਅਲੀ, ਐਸੀ ਜ਼ਿੰਦਗੀ ਗੁਜ਼ਾਰ। ਅਲੀ ਜੋ ਖੁਦ ਪਿਆ ਫਰਮਾਇੰਦਾ, ਸਾਡੇ ਨਾਲ ਮਨਸੂਬ ਜੋ ਹੈ, ਵੱਤ ਹਯਾ ਕਰ, ਆਪਣੇ ਆਪ ਨੂੰ ਦੇਖ, ਅਸਾਂ ਮਦੀਨੇ ਵਾਲਾਂ ਕੋ ਦੇਖ। ਹਾਏ 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 ਹਾਏ, ਅਲੀ ਨਮਾਜ਼ ਪੜ੍ਹੀਏ ਤਾਂ ਨਹੀਂ ਛੋੜਨੀ, ਪੜ੍ਹਨੀ
ਅਗਰ ਮਦੀਨੇ ਵਾਲਾ ਨਹੀਂ ਪੜ੍ਹੀ ਤਾਂ ਨੇੜੇ ਨਾ ਮੰਨ, ਅਗਰ ਉਹਨਾਂ ਚੁੱਕੀ ਨਹੀਂ ਤਾਂ ਤੈਨੂੰ ਹਯਾ ਕਰਨਾ ਚਾਹੀਦਾ। ਸਖਾਵਤ ਦੇਖ, ਇਬਾਦਤ ਦੇਖ, ਅਲੀ ਜੈਸਾ ਇਮਾਮ, ਅਲੀ ਜੈਸੀ ਹਸਤੀ, ਇੱਕ ਰਾਤ ਚ ਹਯਾਤੀ ਹੋ ਵੀ, ਇੱਕ ਹਜ਼ਾਰ ਰਕਾਤ ਨਮਾਜ਼ ਪੜ੍ਹ ਕੇ, ਸੁਬਹ ਫਰੀਜ਼ਾ ਪੜ੍ਹ ਕੇ, ਸ਼ਹਿਨਸ਼ਾਹ ਹੱਥ ਉਠਾ ਕੇ ਪਿਆ ਦੇ ਗਵਾਹਰਾਂ ਮੈਂ ਮਾਲਿਕ ਤੇਰੀ ਇਬਾਦਤ ਮੈਂ ਇਸ ਵਾਸਤੇ ਨਹੀਂ ਕੀਤੀ ਕਿ ਮੈਂ ਅਲੀ ਕੋ ਤੇਰੀ ਜੰਨਤ ਦਾ ਲਾਲਚ। ਪਿਛਲੇ ਜਗ੍ਹਾ ਪਿਛਲੇ ਜਗ੍ਹਾ ਅਲੀ ਪੈ ਫਰਮੈਨ ਪਾਲਨੇ ਵਾਲਾ ਤੇਰੀ ਇਬਾਦਤ ਮੈਂ ਇਸ ਵਾਸਤੇ ਨਹੀਂ ਕੀਤੀ ਕਿ ਮੈਂ ਅਬੂ ਤਾਲਿਬ ਦੇ ਬੱਚੜੇ ਕੋ ਤੇਰੀ ਜਹੰਨਮ ਦਾ ਡਰ ਏ, ਮੈਂ ਇਸ ਵਾਸਤੇ ਝੁਕਾਂ ਕਿ ਅੱਲਾ ਤੂੰ ਲੈ ਕੇ ਇਬਾਦਤ ਚ। ਤਰੇ ਚੀਜ਼ਾਂ ਜ਼ਿੰਦਗੀ ਵਿੱਚ ਨਾ ਛੁੜੈ, ਮੇਰੀ ਅਰਜ਼ ਏ, ਤਰੇ ਚੀਜ਼ਾਂ ਨਹੀਂ ਛੋੜਨੀਆਂ ਇਮਾਮ ਹੁਸੈਨ ਦੇ ਜ਼ਾਕਿਰ ਦੀ ਅਸੀਅਤ ਵਿੱਚ ਮੇਰਾ ਹੁਕਮ ਏ, ਨਮਾਜ਼ ਮਰ ਵਜੇ ਨਾ ਛੋੜੇ, ਅਲੀਯੁਨ ਵਲੀਉੱਲਾ ਮਰ ਵਜੇ ਨਾ ਛੋੜੇ, ਹੁਸੈਨ ਦੀ ਆਜ਼ਾਦਾਰੀ ਗਰੀਬ ਦੀ ਮਾਤਮਦਾਰੀ ਨਾ ਛੋੜੇ, ਬਹੁ ਮਾਰਾ ਨੇ ਅਲੀ ਦੀਆਂ ਧੀਆਂ ਨੂੰ। ਬਹੁ ਮਾਰਾ ਨੇ ਅਲੀ ਦੀ ਔਲਾਦ, ਇੰਜ ਮਾਰਾ ਨੇ ਜੋ ਚਾਰ ਸਾਲ ਦੀ ਬੱਚੀ ਬੈਠੀ ਆਦੀ ਹੈ, ਮੌਤ ਨੇ ਮੈਂ ਔਖੀ ਹਾਂ, ਤੁਹਾਡੇ ਡਰ ਕੋਲੋਂ ਜਵਾਨੀ ਨਸੀਬ ਹੋਵੇ ਬੰਦੇ ਜੁਮਲੇ ਨਹੀਂ ਪੁੱਟਦੇ। ਪੀਰ ਖਿਜ਼ੈਰ ਬੱਚੜਾਂ ਦੀ ਜ਼ਿੰਦਗੀ ਹੋਵੇ ਜਿਵੇਂ ਕਿਤਾਬਾਂ 'ਚ ਮੈਂ ਪੜ੍ਹਦਾ, ਮੈਂ ਇੱਕ ਰਿਵਾਇਤ ਪੜ੍ਹਾਂ, ਇਹ ਜੀਂਦੇ ਨਾ ਉੱਠੀ ਸਨ, ਤੁਹਾਡੇ ਮਿਜ਼ਾਜ ਨੂੰ ਦੇਖ ਕੇ ਮੈਂ ਪਿਆਦਾ ਰੱਸੀ ਇੱਕ ਹੀ ਵੀ ਅੰਬਾਰ ਇੱਕ ਪਾਉਂਦੀਆਂ ਹੀ ਯਾਰਾਂ ਪਾਉਂਦੀਆਂ। ਅੱਲਾ ਪੀਰ ਫਜ਼ਲ ਸ਼ਾਹ ਦੇ ਦਰਜਾਤ ਮਜ਼ੀਦ ਬੁਲੰਦ ਫਰਮਾਵੇ। ਬਾਨੀ ਮਜਲਿਸ ਮੇਰੇ ਅਜ਼ੀਜ਼ ਦੇ ਦਾਦਾ ਦਾਦੀ ਔਰ ਵਾਲਿਦ ਦੇ ਅੱਲਾ ਮਜ਼ੀਦ ਦਰਜਾਤ ਬੁਲੰਦ, ਔਰ ਇਸ ਖਾਨਦਾਨ ਦੇ ਖੁਦਾ ਤਮਾਮ ਮਰਹੂਮੀਨ ਦੇ ਦਰਜਾਤ, ਜੋ ਹਾਜ਼ਰ ਬੈਠੇ ਨੇ ਜਾਂ ਗੈਰ ਹਾਜ਼ਰ ਹਨ, ਅੱਲਾ ਉਹਨਾਂ ਦੇ ਮਰਹੂਮੀਨ ਦੇ ਦਰਜਾਤ, ਚੌਦਾਂ ਦਾ ਸਾਇਆ ਨਸੀਬ, ਰੱਸੀ ਇੱਕ ਹੀ ਬੀਬੀ ਬਾਰਾਂ ਨਹੀਂ, ਹਾਏ ਨਹੀਂ ਕਰ, ਹਾਏ ਤਾਂ ਕਰਨੀ ਹੈ ਨਾ, ਰੋਵਣ ਨਹੀਂ ਆਉਂਦਾ, ਮੈਂ ਕੋਈ ਆਖੇ ਜ਼ਰੂਰ ਰੋਵੋ, ਮੈਂ ਤਾਂ ਅਰਜ਼ ਪਿਆ ਕਰੇ ਨਾ ਹਾਏ ਚ ਕਰੋ, ਜਿਹੜੀ ਸ਼ਾਮ ਜੋ ਆਈਏ ਗਵਾਹ ਬਣ ਕੇ ਵਜੇ, ਅਥਰੂ ਨਸਾਂ ਦਾ ਸਾਰੇ ਰੁੱਖਾਂ 'ਤੇ ਹਾਏ ਤਾਂ ਕੀਤੀ ਹੈ। ਡੂ ਬੱਚੀਆਂ ਜਿਹਨਾਂ ਦੇ ਗੱਲੇ ਵਿੱਚ ਰੱਸੀ, ਇੱਕ ਹੁਸੈਨ ਦੀ ਧੀ ਹੈ, ਬਈ ਮੁਸਲਿਮ ਦੀ ਧੀ। ਮੈਂ ਪੀਰ ਖਿਜ਼ਰ ਸ਼ਾਹ 24 ਦਫ਼ਾ ਗਈਆਂ ਕਰਬਲਾ, 8 ਦਫ਼ਾ ਮੈਂ ਗਈਆਂ ਸ਼ਾਮ, 30-31 ਦਫ਼ਾ ਮੈਂ ਗਈਆਂ ਈਰਾਨ। ਕੁਰਾਨ ਗਿਣਾ ਮੈਂ ਤੇ ਹਲਫ ਦੇਨਾ, ਜਿਹੜੇ ਬੰਦਾ ਕੂਫਾ ਵਹਿੰਦੇ ਅਤੇ ਅਲੀ ਦੇ ਘਰ ਵਹਿੰਦੇ, ਉੱਥੋਂ ਸਾਹਮਣੇ ਤਏ 10 ਕਦਮ ਹੀ ਨਹੀਂ ਬਣਦੇ ਬਣਦੇ ਦਰਬਾਰ, ਇੱਥਾਂ ਹੀ ਤਾਂ ਖਸਰਾ ਬਦਲੋ ਜੋ ਮੇਰੀ ਪੇਕੀ ਰਾਹ ਬਦਲੋ ਮੇਰੀ ਪੇਕੀ ਗੱਲੀ ਆ। ਜ਼ਾਲਿਮਾਂ ਦੇ ਨਹੀਂ ਇਹਨੂੰ ਮੰਨਣਾ ਪੂਸੀ, ਭਾਈ ਤਾਂ ਇੱਕ ਮੈਂ ਸਦਕੇ ਵਜਾਂ ਸਦਕੇ ਵਜਾਂ। ਇੱਕ ਬੁੱਢੜੀ ਔਰਤ 75 ਤੋਂ 80 ਸਾਲ ਹਯਾਤੀ ਹੋਈ, ਇਹਦੀ ਉਮਰੇ ਛੋਟੀ ਜਿਹੀ ਗੱਡੜੀ ਹਾਰ ਨਾਲ ਲਾ ਕੇ ਫਿਜ਼ਾ ਦੇ ਸਾਹਮਣੇ ਆ ਖੜੀ, ਆਦੀ ਬੀਬੀ ਮੇਰਾ ਸਲਾਮ, ਫਿਜ਼ਾ ਦੀ ਮੇਰਾ ਵੀ ਸਲਾਮ, ਕਿੱਥੋਂ ਆਉਂਦੇ ਪਏ ਹੋ? ਫਿਜ਼ਾ ਦੀ ਕਰ ਇਹਦਾ ਮਕਸਦ ਹੈ ਤੁਹਾਡਾ ਵਤਨ ਕਰਬਲਾ ਹੈ, ਦਾਈਆਂ ਦੀ ਨਾ ਆਂਦੇ ਕਰਬਲਾ ਚੁੱਪੇ
ਜ਼ੈਫਾ ਦੀ ਆਵਾਜ਼ ਪਿਆ ਦੀ ਮਾਈ ਜੇ ਕਰਬਲਾ ਚੋਂ ਪਿਆ ਦਿਓ ਜਿਹੜੀਆਂ ਬਾਰਾਂ ਬੀਬੀਆਂ ਖੜੀਆਂ ਨੇ ਨਾ ਕੋਈ ਗਾਜ਼ੀ ਦੀ ਭੈਣ ਸਯਜ਼ਾਦਾ ਜਿਵੇਂ ਜੋ ਚੌਥੇ ਨੰਬਰ ਤੇ ਰੁਕਈਆ ਰੋਂਦੀ ਖੜੀਆਂ ਦੀ ਆ ਗਾਜ਼ੀ ਦੀ ਭੈਣ ਰੋਣੇ ਤਕਰੀਬ ਬਣ ਆਵਾਜ਼ਾਂ ਦੇ ਆਵਾਜ਼ੀ ਦੀ ਭੈਣ ਮੈਂ ਸਾਹਮਣੇ ਆਖਣੀ ਸੁਣ ਸੋ ਰੁਕਈਆ ਦੀਆਂ ਬਾਈਆਂ ਹੰਝੂ ਡੱਠੀਆਂ ਹੌਲੇ ਹੌਲੇ ਆਵਾਜ਼ ਆਈ ਕਿਉਂ ਬਾਜ਼ਾਰ ਚ ਮੈਨਾਂ ਨਾ ਛਾਇਆ ਔਰਤ ਦੀ ਆਵਾਜ਼ ਪਿਆਦੀ ਮੈਂ ਆਮ ਨਾਮ ਜਿਹਦੇ ਘਰ ਮੁਸਲਿਮ ਆਖਰੀ ਰਾਤ ਮਹਿਮਾਨ ਜਿਹੜੇ ਮੁਸਲਿਮ ਦਾ ਨਾਮ ਹੈ ਇਹਦੀ ਰੁਣੀਏ ਰੁਕਈਆ ਗੱਲੇ ਵਾਲੀ ਰੱਸੀ ਟੁੱਟ ਗਈ ਹੈ ਖੜੀਆਂ ਦੀ ਕੱਲਾ ਯਾ ਜੋੜੀ ਨਾ ਬਿਸਮਿਲ੍ਲਾ ਆਵਾਜ਼ ਆਉਂਦਾ ਕੱਲਾ ਯਾ ਜੋੜੀ ਨਾਲ ਇਹ ਹੁਣ ਉਹਨਾਂ ਦਾ ਦਾਦ ਆਉਂਦਾ ਤੋਆ ਦੀ ਕੱਲਾ ਨਾਲ ਪੁੱਤਰ ਨਾਲ ਰੁਕਈਆ ਦੀ ਛੋਟੇ ਦਾ ਹਾਲ ਸੁਣਾ ਹੁਣ ਉਹ ਰੋਸੀ ਜਿਹੜਾ ਸਹਿਬ ਔਲਾਦ ਔਲਾਦ ਦਾ ਦਰਦ ਕਰੀ ਮੈਂ ਦਰਸ਼ਾ ਉਹਨਾਂ ਨੂੰ ਆਉਂਦਾ ਜਿਹਨਾਂ ਦੀ ਹੋਵੇ ਔਲਾਦ ਤੋਆ ਦੀ ਆਵਾਜ਼ ਪਿਆ ਦੀ ਖੇਡ ਸਾਂ ਰਾਤ ਡਲੀਏ ਤ੍ਰੀਏ ਮੇਰੇ ਕਰਨ ਤੇਰਾ ਛੋਟਾ ਰੋਂਦਿਆ ਯਾਰ ਹੈ ਤਾਂ ਕਰ ਛੋ ਪਿਓ ਦੇ ਅੱਗੋਂ ਹੱਥ ਜੁੜੇ ਨਾ ਜਿਹੜੇ ਪੰਜਵੀਂ ਦਵਾਤ ਜੁੜੇ ਮੈਂ ਪੁੱਛੇ ਕਿਉਂ ਰੋਂਦੇ ਮੇਰੇ ਅਗਵਾਤ ਬਣ ਗਿਆ ਦਾ ਤੋਆ ਤ੍ਰੀਜਨੀਏ ਮੈਂ ਭੁੱਖਾ ਵਾ ਮੇਰੀ ਮਾਂ ਦੂਰ ਮੇਰੀਆਂ ਭੈਣਾ ਬਿਸਮਿਲ ਬਿਸਮਿਲ੍ਲਾ ਹਯਾਦੀ ਹੋਈ ਬਿਸਮ ਸੈਯਦ ਜੋ ਬਿਸਮਿਲ੍ਲਾ ਕੱਲਾ ਯਾ ਬਚੜੇ ਨਾਲ ਤੋਆ ਦੀ ਤੇਰਾ ਛੋਟਾ ਮੇਰੇ ਗੁਰੂ ਰੋ ਗਿਆ ਦਾ ਮਾਈ ਤ੍ਰੀਜਨੀਏ ਮੈਂ ਭੁੱਖਾ ਵਾ ਮੇਰੀ ਮਾਂ ਦੂਰ ਮੇਰੀਆਂ ਭੈਣਾਂ ਦੂਰ ਬਾਈ ਜਾਨ ਮੈਂ ਡਰਦਾ ਖੜੋ ਇਮਾਮ ਹੁਸੈਨ ਦੀ ਕਸਮ ਹੈ ਮੈਂ ਡਰਦਾ ਖੜੋ ਜਾਂ ਤਾਂ ਮੈਂ ਬਾਈ ਜਾਨ ਇਹਨਾਂ ਲੋਕਾਂ ਦੇ ਮਿਜ਼ਾਜ ਨਾ ਜਾਣਦਾ ਖੁਦਾ ਕਰੇ ਮੈਂ ਪੜ੍ਹ ਗਿਨਾ ਤੇ ਮਾਤਮੀ ਸਾਹਿਬ ਔਲਾਦ ਸ਼ਾਲਾ ਸੁਣ ਗਿਨੇ ਆਹ ਤੇਰੀ ਜਾਦੀ ਕਸਮ ਸਯਦਾ ਤਵਾ ਦੀਏ ਮੈਂ ਖਾਣਾ ਸਾਹਮਣੇ ਆ ਰੱਖੇ ਦੇ ਦਾ ਖਾਂਦਾ ਨਾ ਰੋਂਦਾ ਮੈਂ ਆਦ ਬਣ ਗਿਆ ਕਿ ਪਸੰਦ ਨਹੀਂ ਵੀ ਆ ਬਗਾ ਦੇਂਦੀਆਂ ਮੈਂ ਗੁਰੂ ਗਿਆ ਦਾ ਮੈਨੂੰ ਮਾਂ ਖਵੈਂਦੀ ਹੈ ਜੋ ਲਿਜ ਬਲਾਵਿਆ ਆਪਣੇ ਹੱਥ ਨਾਲ ਖਵਾਵਿਆ ਇਹ ਹੁਣ ਉਹਨੇ ਨਾ ਦਾਦਾ ਹੁਣ ਉਹਨੇ ਉਹ ਦਾਦਾ ਇਹ ਤੱਕ ਮੁਸਲਿਮ ਦੀ ਅੱਖਾਂ ਵੱਧੀ ਗੱਲੇ ਵਾਲੀ ਰੱਸੀ ਉਹਦੀ ਵੀ ਤਰੁੱਟ ਗਈ ਰੋ ਰੋ ਕੇ ਪਿਆ ਦੀ ਓ ਮਾਈ ਚਿੱਟਾ ਦੀਆ ਤੁਹਾਡੇ ਸ਼ਹਿਰ ਚ ਮੇਰਾ ਬਾਬਾ ਮਾਰਨ ਮਾਰਨ ਵਾਲੇ ਕਿਤਨੇ ਛੁਡਾਵਣ ਵਾਲੇ ਕਿਤਨੇ ਮਾਇਆ ਦੀ ਜਹਾਨ ਮਾਰਨ ਵਾਲਾ ਛੁਡਾਵਣ ਵਾਲਾ ਕੋਈ ਜ਼ਿਲਹਜ ਦੀ ਨੌ ਆਈ ਚਿੱਟਾ ਨੀ ਆ ਦੋ ਮੰਜ਼ਲਾ ਮਕਾਨ ਉਹਦੀ ਛੱਤ ਤੇਰੇ ਪਿਓ ਨੂੰ ਲੈ ਗਿਆ ਕਿਉਂ ਹਯਾਤੀਓ ਵੀ ਸ਼ਰਮਾ ਕੇ ਬੈਠੇ ਰਹਿੰਦੇ ਔਰਤਾਂ ਦੀ ਇਹ ਹਰਾਮੀ ਜ਼ੁਲਫਾਂ ਚ ਹੱਥ ਰੱਖਾ
ਬਾਏ ਤਲਵਾਰ ਮਾਰੀਏ ਪੰਜ ਮਿੰਟ ਦੇ ਬਾਅਦ ਲਾਸ਼ ਜ਼ਮੀਨ ਉੱਤੇ ਆਈ ਹੈ। ਔਰਤ ਦੀ ਆਵਾਜ਼ ਪਿਆਂ ਦੀ ਬੀਬੀ ਕੋਈ ਪਲੰਗ ਨਾ ਕੋਈ ਚਾਰ ਪਾਈ ਨਾ ਇੱਕ ਹਰਾਮੀ ਦੇ ਹੱਥ ਚ ਰੱਸੀ ਆਈ ਉਹਨਾਂ ਮੁਸਲਿਮ ਦੇ ਪੇਰ ਚ ਰੱਸੀ ਪਾਤੀਏ ਕੈਵਲੇ ਉਂਗਲੀ ਜਿਹਦੇ ਲਾਸ਼ ਵੰਜਿਆ ਜੋੜੀ ਨਾ ਬਿਸਮਿਲ੍ਲਾ ਬਿਸਮਿਲ੍ਲਾ ਹਯਾਤੀਓ ਵੀ ਅੱਲਾ ਤੁਹਾਡੇ ਬਾਬੇ ਦੇ ਦਰਜਾਤ ਮੇਰਾ ਸੋਹਣਾ ਬੁਲੰਦ ਰੱਖੇ ਯਕੀਨ ਕਰਾਏ ਜਿਹਦੇ ਲਾਸ਼ ਵੰਜਿਆ ਬਾਲ ਨਾਲ ਭੱਜੇ ਨਾ। ਇਜਾਜ਼ਤ ਹੋਵੇ ਜਿਵੇਂ ਅਗਲੀ ਰਿਵਾਇਤ ਹੈ ਅੱਜ ਸ਼ਾਹ ਜੀ ਪੜ੍ਹਾਂ ਚਾ ਅੱਜ ਮਰਦੇ ਹੋ ਤਾਂ ਸ਼ੀਆ ਮਿਆਣੀ ਵਾਲੇ ਮਰ ਜਾਓ ਅੱਜ ਲੁਕੈਂਦਾ ਨਾ ਜਿਹੜਾ ਸਾਰਾ ਮੁਸਲਿਮ ਦਾ ਮੇਨ ਗੇਟ ਤੇ ਲਟਕਾ ਹੋਇਆ ਹਾ ਇਕੱਤਰੀ ਨੀਆਂ ਤੋਂ ਬਾਅਦ ਜਿਹੜੇ ਧੀਆਂ ਨਾਲੋਂ ਗੁਜ਼ਰਨ ਲੱਗੀਆਂ ਤੇ ਸੱਜਾ ਦੀ ਅਬਾਦ ਤੇ ਹੱਥ ਰੱਖ ਕੇ ਪਿਆ ਦੀ ਨਜ਼ਰ ਟੋਰ ਉਠਾ ਓ ਮੱਠਾ ਵੀਰ ਇਹ ਸਮ ਗਏ ਕਬਰਾਂ ਚ ਪੜਨ ਵਾਲੇ ਲੋਕ ਜਰਾ ਟੋਰ ਉਠਾ ਕੋ ਮੱਠਾ ਵੀਰ ਕੂਫਾ ਦਿਆ ਦਰਵਾਜ਼ੇ ਤੇ ਸਸਰ ਬਾਬੇ ਹੁਣ ਰੁਨੇ ਨਾ ਦਾਦਾ ਥੋੜਾ ਆਵਾਜ਼ ਉੱਚਾ ਰੱਖੋ ਆਖਰੀ ਜੁਮਲਾ ਆਖਰੀ ਜੁਮਲਾ ਖਤਮ ਬੱਚਿਆਂ ਦੀ ਆਵਾਜ਼ ਪਿਆਂ ਦੀ ਬਾਤ ਮੁਦਤ ਦੇ ਮਿਲਿਆ ਬਾਬਾ ਕਰ ਘਿੰਨੂਓ ਫਿਰਾ ਵਾਂਦਾ ਪਤਾਵੋ ਬਿਸਮਿਲ੍ਲਾ ਹਯਾਤੀ ਮੇਰੇ ਸੋਹਣਾ ਅਗਰ ਇਜਾਜ਼ਤ ਹੋਵੇ ਜਿਵੇਂ ਅੱਜ ਤੋਂ 30 ਸਾਲ ਪਹਿਲੇ ਮੈਂ ਬੰਦ ਪੜਦਾ ਹੈ ਦਿਲ ਪਿਆ ਦੇ ਭਾਈ ਜਾਨ ਨੂੰ ਮੈਂ ਪੜਾਂ ਚਾ ਮੁਸਲਿਮ ਦੇ ਸਰ ਦੇ ਥੱਲੇ ਭਾਈ ਜਾਨ ਜਨਾਬ ਸਜਾਦਾ ਖੜੋਤੇ ਜੂ ਇਮਾਮ ਸੈਯਦਾ ਦਾ ਮੁਸਲਿਮ ਦੀਆਂ ਅੱਖਾਂ ਬੰਦ ਵੰਜਣਾ ਸਜਾ ਦੀ ਆਵਾਜ਼ ਪਿਆਂ ਦੀ ਚਾਚਵੋ ਨਰਾਜ਼ੇ ਮੁਸਲਿਮ ਦੀ ਆਵਾਜ਼ ਪਿਆਂ ਦੀ ਮੈਂ ਨਰਾਜ਼ ਤਾਂ ਨਾ ਇੱਕੇ ਗੱਲ ਦਾ ਹੁਣੇ ਜਵਾਬ ਦੇ ਕਿਉਂ ਗਿੰਨਾ ਜ਼ੈਨਬ ਉਹ ਬਾਜ਼ਾਰ ਦੇ ਵਿੱਚ ਮੈਂ ਗੁੰਡਾ ਸਤੂ ਦੀਨ ਦਾ ਹਾਦੀ ਮੁੱਕ ਨਸਲ ਵੰਦੀ ਸੈਦਾ ਦੀ ਉਹ ਇਹ ਵਿੱਚ ਬਾਜ਼ਾਰ ਇਲਾਹੀ ਮਜਲਿਸ ਅਜ਼ਾਨ ਨੂੰ ਦੁਆ ਮੰਗਣੀ ਇਲਾਹੀ ਮਜਲਿਸ ਅਜ਼ਾਨ ਨੂੰ ਮਨਜ਼ੂਰ ਮਕਬੂਲ ਫਰਮਾ ਸੈਯਦ ਫਜ਼ਲ ਅਲੀ ਸ਼ਾਹ ਦੇ ਦਰਜਾਤ ਬੁਲੰਦ ਫਰਮਾ ਮੋਮਨ ਮਖਸੂਸ ਔਰ ਮੋਮਨ ਮਖਸੂਸ ਦੇ ਦਰਜਾਤ ਮਜ਼ੀਦ ਬੁਲੰਦ ਫਰਮਾ ਚੋਣਾਂ ਦਾ ਸਾਇਆ ਨਸੀਬ ਫਰਮਾ ਜੋ ਬਾਮਰ ਮਜਬੂਰੀ ਗੈਰ ਹਾਜ਼ਰ ਹਨ ਮਾਲਿਕ ਉਹਨਾਂ ਦੇ ਮਰਹੂਮੀਨ ਦੇ ਦਰਜਾਤ ਮਜ਼ੀਦ ਬੁਲੰਦ ਫਰਮਾ ਜੋ ਹਾਜ਼ਰ ਬੈਠੇ ਹਨ ਅੱਲਾਹ ਉਹਨਾਂ ਦੇ ਦਰਜਾਤ ਬਜ਼ੁਰਗਾਂ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ ਔਖਾ ਜਿਹਾ ਦੌਰ ਹੈ ਅੱਲਾਹ ਹਰ ਸ਼ਰੀਫ ਦੀ ਇੱਜ਼ਤ ਦਾ ਤਹੱਫਜ਼ ਫਰਮਾ ਸੀਰਤ ਆਇਮਾ 'ਤੇ ਚੱਲਣ ਦੀ ਮਾਲਿਕ ਤੋਫੀਕ ਅਤਾ ਫਰਮਾ ਬਾਨੀ ਮਜਲਿਸ ਨੇ ਖਰਚ ਕੀਤਾ ਹੈ ਧੀ ਰਸੂਲ ਦੀ ਆਪਣੀ ਸ਼ਾਨ ਮੁਤਾਬਿਕ ਬੀਬੀ ਤੁਸਾਂ ਅਤਾ ਕਰੇ ਆਪਣੀ ਸ਼ਾਨ ਇੱਕ ਦਫ਼ਾ ਅਲਹਮਦ ਰਹਿ ਮਰਤਬਾ ਕੁਲ ਪਾਕ ਪੜ੍ਹ ਕੇ ਇਸ ਖਾਨਦਾਨ ਦੇ ਔਰ ਆਪਣੇ ਮਰਹੂਮੀ ਨੂੰ ਜ਼ੇਨ ਵਿੱਚ ਰੱਖ ਕੇ ਖਸੂਸਨ ਸੈਯਦ ਫਜ਼ਲ ਅਲੀ ਸ਼ਾਹ ਦੇ ਦਰਜਾਤ ਬਿਸਮਿਲ੍ਲਾਹਿ ਰਹਿਮਾਨਿ ਰਹੀਮ
Bismillahirrahmanirrahim. Allahumma salli ala.